ਵਿਆਹ ਵੇਲੇ ਕੁੜੀ ਦੀ ਮਾਂ ਲੱਗੀ ਭੁੱਬਾਂ ਮਾਰ ਕੇ ਰੋਣ, ਪਰ ਲੋਕ ਬੋਲਣ ਲੱਗੇ ਕੁੜੀ ਨੂੰ ਗਲਤ। ਦੋਸਤੋ, ਅਕਸਰ ਹੀ ਧੀ ਦੀ ਡੋਲੀ ਵਿਦਾ ਕਰਨ ਵੇਲੇ ਸਾਰਾ ਹੀ ਪਰਿਵਾਰ ਭਾਵੁਕ ਹੋ ਜਾਂਦਾ ਏ, ਪਰ ਹੁਣ ਇੱਕ ਮਾਂ ਧੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਕੁੜੀ ਨੂੰ ਸ਼ਗਨ ਪੈ ਰਿਹਾ ਏ ਅਤੇ ਕੁੜੀ ਦੀ ਮਾਂ ਪਿੱਛੇ ਬੈਠੀ ਭੁੱਬਾਂ ਮਾਰ ਕੇ ਰੋ ਰਹੀ ਏ। ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਕਹਿ ਰਹੇ ਨੇ ਕਿ ਮਾਂ ਬੈਠੀ ਰੋ ਰਹੀ ਹੈ ਪਰ ਕੁੜੀ ਦੇਖੋ ਕਿਵੇਂ ਹੱਸ ਰਹੀ ਏ। ਪਰ ਇਸ ਤਰ੍ਹਾਂ ਕਹਿਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਦਿਖ ਰਿਹਾ ਕਿ ਕੁੜੀ ਦੀ ਮਾਂ ਉਸਦੇ ਪਿੱਛੇ ਬੈਠੀ ਰੋ ਰਹੀ ਹੈ ਅਤੇ ਕੁੜੀ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ। ਜੇਕਰ ਕੁੜੀ ਨੂੰ ਪਤਾ ਲੱਗ ਜਾਂਦਾ ਕਿ ਉਸਦੀ ਮਾਂ ਇੰਨਾ ਜ਼ਿਆਦਾ ਰੋ ਰਹੀ ਹੈ ਤਾਂ ਉਹ ਭੱਜ ਕੇ ਆਪਣੀ ਮਾਂ ਨੂੰ ਚੁੱਪ ਕਰਵਾਉਂਦੀ, ਕਿਉਂਕਿ ਸ਼ਾਇਦ ਹੀ ਕੋਈ ਕੁੜੀ ਹੋਵੇਗੀ ਜੋ ਆਪਣੀ ਮਾਂ ਨੂੰ ਇਸ ਤਰ੍ਹਾਂ ਭੁੱਬਾਂ ਮਾਰ ਕੇ ਰੋਂਦੀ ਦੇਖ ਕੇ ਆਪ ਹੱਸਦੀ ਹੋਵੇ। ਸੋ ਕਿਉਂ ਕਈ ਵਾਰ ਲੋਕ ਬਿਨਾਂ ਕੋਈ ਗੱਲ ਜਾਣੇ ਆਪਣੇ ਹੀ ਅੰਦਾਜ਼ੇ ਲਗਾਉਣ ਲੱਗ ਜਾਂਦੇ ਨੇ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।